ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਇੱਕ ਹੋਰ ਛੋਟੇ ਜਿਹੇ ਨੌਜਵਾਨ ਪੰਜਾਬੀ ਵੀਰ ਦੀ ਇੱਕ ਦੁੱਖਾਂ ਭਰੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ। ਇਹ ਵੀਰ ਦਾ ਨਾਮ ਹੈਗਾ ਜੀ ਬਿਕਰਮਜੀਤ ਸਿੰਘ ਬਿੱਕੀ। ਅਤੇ ਇਹ ਵੀਰ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ। ਅਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਪੰਜਾਬ ਪੁਲਿਸ ਦੇ ਜਵਾਨ ਆ ਜਿਹੜੇ ਵੀਰ, ਉਹਨਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਅਤੇ ਉਹਨਾਂ ਨੇ ਬੜੀ ਪਹਿਲ ਦੇ ਆਧਾਰ 'ਤੇ ਯਾਨੀ ਕਿ ਇਹਨਾਂ ਦੀ ਮਦਦ ਕਰਨ ਬਾਰੇ ਸੋਚਿਆ ਅਤੇ ਕਾਫੀ ਜ਼ਿੰਮੇਵਾਰੀ ਨਾਲ ਇਹ ਸਾਰਾ ਕਾਰਜ ਅੱਜ ਸਾਡੇ ਨਾਲ ਉਹਨਾਂ ਨੇ ਕਰਵਾਇਆ ਵੀਰਾਂ ਨੇ। ਅਤੇ ਇਹ ਵੀਰ ਯਾਨੀ ਕਿ ਦੁੱਖ ਦੀ ਗੱਲ ਤਾਂ ਇਹ ਆ ਵੀ ਉਸ ਪ੍ਰਾਈਮ ਲੋਕੇਸ਼ਨ 'ਤੇ ਪਏ ਸੀ ਸਾਡੇ ਲੁਧਿਆਣੇ ਸ਼ਹਿਰ ਦੀ, ਅਤੇ ਸਿਰ ਦੇ ਵਿੱਚੋਂ ਇਹਦੇ ਵੀਰ ਦੇ ਕੀੜੇ ਨਿਕਲ ਰਹੇ ਸੀ। ਦੇਖੋ ਕਿੱਦਾਂ ਕੀੜੇ ਜਿਹੜੇ ਸਿਰ 'ਚੋਂ ਨਿਕਲ ਨਿਕਲ ਕੇ ਡਿੱਗ ਰਹੇ ਸੀ। ਅਤੇ ਇਹ ਸਾਡੇ ਮਾਲ ਰੋਡ ਦੇ ਉੱਪਰ ਲੁਧਿਆਣੇ ਭਾਰਤ ਨਗਰ ਚੌਂਕ ਜਿੱਥੇ ਟੈਲੀਫੋਨ ਐਕਸਚੇਂਜ ਆ, ਨਿੱਕਾ ਮਲ ਜਿਊਲਰਸ ਆ, ਅਤੇ ਯਾਨੀ ਕਿ ਜਿੱਥੇ ਪੂਰਾ ਏਰੀਆ ਯਾਨੀ ਕਿ ਸਭ ਤੋਂ ਪੌਸ਼ ਏਰੀਆ ਕਹਿ ਸਕਦੇ, ਸਾਡੇ ਲੁਧਿਆਣੇ ਦੀ ਹੱਬ ਕਹਿ ਸਕਦੇ ਹਾਂ, ਉੱਥੇ ਇਹ ਕੀੜਿਆਂ ਨਾਲ ਭਰਿਆ ਹੋਇਆ ਵੀਰ ਬੈਠਾ ਆਪਣੀ ਨਰਕ ਭਰੀ ਜ਼ਿੰਦਗੀ ਕੱਢ ਰਿਹਾ ਸੀ ਇਹ। ਅਤੇ ਜਿੱਥੇ ਸਿਰਫ 5-10 ਕਿੱਲੇ ਦੂਰ ਡੀ ਸੀ ਹਾਊਸ ਸੀਗਾ, ਅਤੇ ਜਿੱਥੇ ਸਾਡੇ ਲੁਧਿਆਣੇ ਦੇ ਡੀ ਸੀ ਸਾਹਿਬ ਦੀ ਰੈਜੀਡੈਂਸ ਆ। ਅਤੇ ਪਰ ਪਲੀਜ਼ ਤੁਸੀਂ ਦੇਖੋ ਅਤੇ ਤੁਸੀਂ ਸਿੱਖਿਆ ਲਓ, ਅਤੇ ਤੁਹਾਨੂੰ ਵੀ ਜੇ ਕਿਤੇ ਕੋਈ ਇੱਦਾਂ ਦਾ ਵੀਰ ਮਿਲਦਾ ਤੁਸੀਂ ਉਹਦੀ ਮਦਦ ਲਈ ਜ਼ਰੂਰ ਅੱਗੇ ਆਇਆ ਕਰੋ, ਜਿਵੇਂ ਇਹ ਪੰਜਾਬ ਪੁਲਿਸ ਦੇ ਵੀਰਾਂ ਨੇ ਅੱਜ ਇਸ ਵੀਰ ਦੀ ਮਦਦ ਕੀਤੀ ਹੈ ਜੀ। ਵੀਰ ਜੀ, ਇਹ ਆ ਬੰਦਾ ਜਿਹਦੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਉਣ ਲੱਗਿਆ, ਤੁਸੀਂ ਕਿਹਾ ਸੀ ਮੈਨੂੰ ਵੀਡੀਓ ਪਾਓ। ਆਹ ਵੀਰਾ ਲਾ ਜਰਾ ਆਪਣੇ ਸਿਰ ਤੋਂ। ਇਹ ਆ ਜੀ ਉਹਦੀ ਹਾਲਤ ਸਿਰ ਦੀ, ਜਿਹਦੇ ਵਿੱਚੋਂ ਕੀੜੇ ਥੱਲੇ ਡਿੱਗ ਰਹੇ ਆ, ਪਸ ਵਗ ਰਹੀ ਹੈ, ਮੰਦੀ ਹਾਲਤ ਇਹਦੀ। ਇਹ ਵੀਰ ਇਹ ਦੱਸ ਰਿਹਾ ਕਹਿੰਦਾ ਕਿ ਮੈਂ ਸਿਰ ਦੇ ਵਿੱਚ ਕਹਿੰਦਾ ਕਿਸੇ ਕੋਲ ਟਾਇਲਟ ਵਾਲੀ ਫਰਨੈਲ ਲਿਆਂਦੀ ਸੀ, ਉਹ ਭਾਈ ਉਹਦੇ ਨਾਲ ਕਿਰਮ ਥੱਲੇ ਡਿੱਗ ਰਹੇ ਆ। ਇਹ ਆ ਜੀ ਇਹਦਾ ਸਾਈਡ ਦਾ ਬਾਕੀ ਦੇ ਹਾਲਾਤ ਜਿਹੜੀ ਮੈਂ ਤੁਹਾਨੂੰ ਇੱਥੋਂ ਫੋਟੋ ਪਾਉਣ ਲੱਗਾ ਇਸ ਰੋਡ ਦੀ। ਇਹ ਮਾਲ ਰੋਡ ਦੇ ਉੱਪਰ ਆ ਜੀ, ਰੱਖ ਬਾਗ ਨੂੰ ਰੋਡ ਜਾਂਦੀ ਹੈ ਇਹ, ਨਾਲ ਥੋੜ੍ਹਾ ਜਿਹਾ ਬੱਸ ਸਟੈਂਡ, ਬੱਸ ਸਟੋਪ ਜੀ ਇੱਕ। ਭਾਰਤ ਨਗਰ ਚੌਂਕ ਤੋਂ ਜਾਂਦਿਆਂ ਇਹ ਰੱਖ ਬਾਗ ਨੂੰ ਰੋਡ ਮੁੜਦੀ ਹੈ, ਪਹਿਲਾਂ ਕੱਟ ਹੈ ਅਪੋਜਿਟ। ਇਹ ਸਰ ਉਹ ਰੋਡ ਹੈ ਸ਼੍ਰੀਮਾਨ ਜੀ, ਇਹ ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਪਾਉਣ ਲੱਗਾ ਜੀ। ਅੱਛਾ ਰਾਜੇ, ਕੀ ਨਾਂ ਕੀ ਹੈ ਤੇਰਾ? ਬਿਕਰਮਜੀਤ ਸਿੰਘ ਜੀ। ਬਿਕਰਮਜੀਤ ਸਿੰਘ, ਹਾਂ, ਕਿੱਥੋਂ ਦਾ ਰਹਿਣ ਵਾਲਾ? ਖੇੜੀ ਸਾਹਿਬ ਜੀ। ਖੇੜੀ ਸਾਹਿਬ, ਕਿੱਥੇ ਪੈਂਦਾ ਤੇਰਾ ਪਿੰਡ? ਇਹ ਸੰਗਰੂਰ ਤੋਂ ਅੱਗੇ ਜੀ। ਸੰਗਰੂਰ ਤੋਂ ਅੱਗੇ, ਅਤੇ ਕੀ ਕੰਮ ਕਰਦਾ ਸੀ ਤੂੰ? ਮੈਂ ਨਾਈ ਦਾ ਕਰਦਾ। ਅੱਛਾ, ਨਾਈ ਦਾ ਕੰਮ ਕਰਦਾ ਸੀ, ਅਤੇ ਪਿੰਡੋਂ ਫਿਰ ਕੀ ਕਿਹੜੇ ਚੱਕਰ 'ਚ ਆਇਆ ਤੂੰ ਇੱਥੇ? ਸਿਰ ਥੋੜ੍ਹਾ ਥੱਲੇ ਨੂੰ ਕਰ। ਘਰੇ ਮੇਰੀ ਮੰਮੀ ਮਰ ਗਈ। ਅੱਛਾ ਜੀ। ਕੈਂਸਰ ਦੀ ਆ ਪਹਿਲਾਂ ਉਹਨੂੰ। ਅੱਛਾ ਜੀ। ਮੈਂ ਹਾਂ, ਹੁਣ ਡੈਡੀ ਜੀ ਨੇ ਦੂਜਾ ਸਾਦੀ ਕੀਤਾ ਜੀ। ਅੱਛਾ। ਉਹ ਮੇਰੇ ਨਾਲ ਚੰਗਾ ਨਹੀਂ ਰੱਖਦੇ ਜੀ। ਅੱਛਾ ਜੀ। 3 ਘਰ ਨੇ ਜੀ ਸਾਡੇ। ਹਾਂ ਹਾਂ। ਕਿਸੇ ਚੁੱਲ੍ਹੇ 'ਤੇ ਮੇਰੀ ਰੋਟੀ ਨਹੀਂ ਪੱਕੂਗੀ। ਅੱਛਾ ਜੀ। ਮੇਰੇ ਆਪਦੇ ਘਰਦੇ ਦੀ ਵੀ ਪੱਕੂਗੀ। ਅੱਛਾ ਜੀ। ਤਾਂ ਉਹ 2 ਗੱਲਾਂ ਸੁਣਾ ਕੇ ਦੇਣਗੇ ਜੀ ਰੋਟੀ ਮੈਨੂੰ। ਅੱਛਾ, ਤੇਰਾ ਮਾਂ ਪਿਓ ਜਿਹੜਾ ਸੀ? ਹਾਂ ਜੀ। ਅੱਛਾ ਜੀ। ਐਂ ਕਰਦੇ ਨੇ ਜੀ, ਮੈਨੂੰ ਤੰਗ ਕਰ ਚੁੱਕਿਆ ਜੀ। ਅੱਛਾ। ਇਹ ਕੰਮ ਵੀ ਹੋਇਆ ਜੀ, ਮੇਰਾ ਆਪਰੇਸ਼ਨ ਦਾ ਤੰਗ ਆ ਗਿਆ ਜੀ, ਮੈਂ ਘਰੇ ਰਹਿ ਕੇ। ਅੱਛਾ ਜੀ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਹਾਲਾਤ ਆ ਜੀ ਇਸ ਟਾਈਮ ਸਾਡੇ ਪੰਜਾਬ ਦੇ ਨੌਜਵਾਨਾਂ ਦੇ, ਅਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ, ਮਾਲ ਰੋਡ 'ਤੇ ਖੜ੍ਹੇ ਹਾਂ ਜੀ, ਲੁਧਿਆਣੇ ਸ਼ਹਿਰ ਦੇ ਵਿੱਚ। ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜਾ ਮਾਲ ਰੋਡ ਆ, ਨਿੱਕਾ ਮਲ ਜਿਊਲਰ ਆ ਬਿਲਕੁਲ ਸਾਹਮਣੇ, ਅਤੇ ਟੈਲੀਫੋਨ ਐਕਸਚੇਂਜ ਆ। ਜਿਹੜੇ ਬੰਦੇ ਲੁਧਿਆਣੇ ਬਾਰੇ ਜਾਣਦੇ ਆ, ਜਿਹੜੇ ਵੀਰ ਭੈਣ ਸਾਡੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿਸ ਏਰੀਏ ਦੀ ਗੱਲ ਕਰਦੇ ਹਾਂ ਅਸੀਂ। ਇਹ ਰੱਖ ਬਾਗ ਨੂੰ ਰੋਡ ਜਾਂਦਾ, ਇੱਥੇ ਸਾਡੇ ਮਸਾਂ ਯਾਨੀ ਕਿ ਕਹਿ ਦਈਏ 10 ਕਿੱਲੇ ਦੂਰ ਡੀ ਸੀ ਸਾਹਿਬ ਦਾ ਘਰ ਆ ਜੀ ਸਾਡੇ, ਇੱਥੇ ਲੁਧਿਆਣੇ ਦੇ ਸਾਡੇ ਡੀ ਸੀ ਸਾਹਿਬ। ਅਤੇ ਅੱਜ ਅਸੀਂ ਇੱਕ ਧੰਨਵਾਦ ਵੀ ਕਰਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਖੜ੍ਹੇ ਵੀਰ ਇਹ ਸਾਡੇ, ਇਹਨਾਂ ਨੇ ਸਾਨੂੰ ਦੱਸਿਆ ਪੀ ਸੀ ਆਰ ਵਾਲਿਆ ਵੀਰ, ਇਹ ਕੱਲ੍ਹ ਰਾਤ ਇਹ ਇੱਥੇ ਆਏ ਤਾਂ ਇਹਨਾਂ ਨੇ ਦੇਖਿਆ ਇਹਨੂੰ ਵੀਰ ਨੂੰ, ਅਤੇ ਇਹ ਵੀਰ ਦੇ ਜਿਹੜੇ ਤੁਸੀਂ ਹਾਲਾਤ ਦੇਖ ਕੇ ਹਟੇ ਹੋ, ਇਹਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਆ ਜੀ। ਅਤੇ ਮੁਲਾਜ਼ਮਾਂ ਨੇ ਰਾਤ ਇਹਨਾਂ ਦੀ ਹੈਲਪ ਵੀ ਕੀਤੀ, 100-200 ਰੁਪਏ ਜਿੰਨਾ ਬੰਦੇ ਦੀ ਮਦਦ ਕਰ ਸਕਦਾ ਬੰਦਾ, ਇਹਨਾਂ ਨੇ ਕੁਛ ਪੈਸੇ ਦਿੱਤੇ ਵੀ, ਚੱਲ ਦਵਾਈ ਲੈ ਲਾ, ਅਤੇ ਇਹਨਾਂ ਨੇ ਦਵਾਈ ਲਿਆ ਕੇ ਦਿੱਤੀ। ਫਰਨੈਲ ਪਾਉਣ ਤੋਂ ਬਾਅਦ ਬਹੁਤ ਕੀੜੇ ਨਿਕਲੇ ਰਾਤ, ਇਹ ਵੀਰ ਦੱਸਦੇ ਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕੁਦਰਤੋਂ ਸਾਡੀ ਪੋਸਟ ਦੇਖੀ ਫੇਸਬੁੱਕ 'ਤੇ, ਅਤੇ ਜਿਹਦੇ ਵਿੱਚ ਦੇਖਿਆ ਇਹਨਾਂ ਨੇ ਵੀ ਅਸੀਂ ਇੱਦਾਂ ਦੀ ਸੇਵਾ ਕਰਦੇ ਹਾਂ ਜਾਂ ਯੂਟਿਊਬ 'ਤੇ। ਪਹਿਲਾਂ ਵੀਰਾਂ ਨੇ ਸਵੇਰੇ ਸਾਡੇ ਨਾਲ ਸੰਪਰਕ ਕੀਤਾ ਤਾਂ ਸਾਨੂੰ ਜਾਣਕਾਰੀ ਦਿੱਤੀ ਵੀ ਇੱਦਾਂ ਕਰਕੇ ਇੱਕ
ਇੱਥੇ ਨੌਜਵਾਨ ਮੁੰਡਾ ਪਿਆ ਵਾ ਅਤੇ ਉਹਦੀ ਮਦਦ ਕਰਨੀ ਉਹਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਆ। ਇਹ ਵੀਰ ਦੀ ਅੱਜ ਤੋਂ 15 ਕੁ ਦਿਨ ਪਹਿਲਾਂ ਸਾਨੂੰ ਸਾਡੇ ਦੋਸਤ ਆ ਮੇਰੇ ਸ਼ਾਹ ਜੀ ਇਹ ਵੀ ਇੱਥੇ ਹੀ ਜੋਬ ਕਰਦੇ ਇਹਨਾਂ ਨੇ ਵੀ ਸਾਨੂੰ ਦੱਸਿਆ ਸੀਗਾ ਪਰ ਉਸ ਟਾਈਮ ਇਹਦੀ ਹਾਲਤ ਇੰਨੀ ਮਾੜੀ ਨਹੀਂ ਸੀਗੀ ਉਦੋਂ ਠੀਕ ਸੀਗੀ ਅਤੇ ਪਰ ਅੱਜ ਇਸ ਵੀਰ ਨੇ ਮੇਹ ਤੁਹਾਡਾ ਕੀ ਨਾਮ ਵੀਰ ਜਸਵੰਤ ਸਿੰਘ ਜਸਵੰਤ ਸਿੰਘ ਤੁਹਾਡਾ ਕੀ ਨਾਮ ਮੇਜਰ ਸਿੰਘ ਅਤੇ ਜਸਵੰਤ ਸਿੰਘ ਵੀਰ ਪੀ ਸੀ ਆਰ ਵਾਲੇ ਆ ਸਾਡੇ ਵੀਰ ਇਹਨਾਂ ਦੇ ਜਾਣੀ ਕਿ ਕਹਿ ਲਈਏ ਵੀ ਇੱਕ ਪਹਿਲ ਦੇ ਨਾਲ ਅੱਜ ਸਾਨੂੰ ਇਹ ਸੇਵਾ ਮਿਲੀ ਆ। ਇਹ ਵੀਰ ਦੇ ਬਾਰੇ ਤੁਹਾਨੂੰ ਆਜੋ ਜਾਣਕਾਰੀ ਦਿੰਦੇ ਹਾਂ ਵੀ ਵੀਰ ਕੌਣ ਆ, ਕਿੱਥੋਂ ਆਇਆ, ਕੀ ਇਹਦੇ ਹਾਲਾਤ ਆ। ਹਾਂ ਛੋਟੇ ਵੀਰ, ਆ ਤੁਸੀਂ ਦੇਖੋ ਇਹਦੇ ਸਿਰ ਦੇ ਵਿੱਚੋਂ ਪੱਸ ਕਿੱਦਾਂ ਨਿਕਲ ਰਹੀ ਆ ਅਤੇ ਕਿੱਦਾਂ ਸਿਰ ਦੇ ਵਿੱਚ ਗਲੀਆਂ ਹੋਈਆਂ ਹੋਈਆਂ ਕੀੜੇ ਪਏ ਹੋਏ ਆ ਜੀ, ਸਿਰ 'ਚ ਕੀੜੇ ਪੈ ਜਾਣੇ ਇਸ ਉਮਰ 'ਚ। ਕਿੰਨੀ ਉਮਰ ਆ ਛੋਟੇ ਵੀਰ ਤੇਰੀ? ਮੇਰੀ 22-23 ਸਾਲ ਆ। ਆ ਕੱਢੋ ਗੋਜਰ 22-23 ਸਾਲ ਆ। 23 ਸਾਲ ਆ। ਤੇ ਤੇਰਾ ਵੀਰੇ ਪਿੰਡ ਕਿਹੜਾ? ਖੇੜੀ ਸਾਹਿਬ। ਖੇੜੀ ਸਾਹਿਬ, ਤਾਂ ਮੂੰਹ ਚੱਕ ਕੋਈ ਨਾ ਹੁਣ ਤੂੰ, ਅਬ ਸੰਗਤ ਨਾਲ ਗੱਲ ਕਰ ਹੁਣ ਕੋਈ ਨਾ। ਖੇੜੀ ਸਾਹਿਬ, ਹਾਂ ਖੇੜੀ ਸਾਹਿਬ ਨੂੰ ਖੇੜੀ ਸਾਹਿਬ ਕਾਹ ਤੋਂ ਕਹਿੰਦੇ ਆ? ਉੱਥੇ ਸੰਤ ਬਾਬਾ ਦਲੇਰ ਸਿੰਘ ਜੀ ਰਹਿੰਦੇ ਨੇ ਜੀ ਗੁਰਦੁਆਰਾ। ਅੱਛਾ, ਖੇੜੀ ਸਾਹਿਬ ਸੰਤ ਬਾਬਾ ਜਿਹੜੇ ਘੱਟ ਉਮਰ ਦੇ ਬਾਬਾ ਜੀ ਹੈ ਨਾ, ਅਤੇ ਉਹ ਖੇੜੀ ਸਾਹਿਬ ਪਿੰਡ ਆ ਜਿੱਥੇ ਸੰਤ ਬਾਬਾ ਦਲੇਰ ਸਿੰਘ ਜੀ ਦਾ ਬਹੁਤ ਵੱਡਾ ਜਿਵੇਂ ਕਹਿ ਦਈਏ ਇੱਕ ਆਸ਼ਰਮ ਗੁਰੂ ਘਰ ਕਹਿ ਸਕਦੇ, ਗੁਰੂ ਘਰ ਆ ਨਾ ਜੀ ਉੱਥੇ। ਅਤੇ ਇਹ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਆ ਜੀ, ਸੰਗਰੂਰ ਜ਼ਿਲ੍ਹੇ ਦਾ। ਅਤੇ ਇਹ ਵੀਰ ਦਾ ਨਾਮ ਵਿਕਰਮਜੀਤ ਸਿੰਘ ਆ ਅਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਰਣਜੀਤ ਸਿੰਘ ਆ। ਇਹ ਵੀਰ ਦੱਸਦਾ ਵੀ ਇਹਦੇ ਪਰਿਵਾਰ ਦੀਆਂ ਕੁਛ ਪ੍ਰੋਬਲਮਾਂ ਕਰਕੇ ਇਹਨੇ ਘਰ ਛੱਡਤਾ ਸੀ। ਕਿੰਨਾ ਟਾਈਮ ਪਹਿਲਾਂ ਘਰ ਛੱਡਿਆ ਤੂੰ? 6-7 ਸਾਲ ਹੋ ਗਏ। 6-7 ਸਾਲ ਹੋ ਗਏ। ਤੇਰੇ ਡੈਡੀ ਕੀ ਕਰਦੇ ਆ? ਪਹਿਲਾਂ ਫੌਜੀ ਦੀ ਜੀ। ਹਾਂ, ਹੁਣ ਇੰਡੀਅਨ ਆਇਲ 'ਚ ਗਨਮੈਨ ਲੱਗੇ ਹੋਏ ਨੇ। ਇੰਡੀਅਨ ਆਇਲ ਦੇ ਵਿੱਚ ਗਨਮੈਨ ਲੱਗੇ ਨੇ, ਪਹਿਲਾਂ ਫੌਜ ਸੀਗੇ। ਅਤੇ ਤੁਹਾਡੇ ਤੁਸੀਂ ਕਿੰਨੇ ਭੈਣ ਭਰਾ ਹੋ? ਦੋ ਭੈਣ ਭਾਈ ਜੀ। ਠੀਕ ਹੈ, ਦੂਜੀ ਭੈਣ ਵਿਆਹੀ ਹੋਈ ਆ। ਹਾਂ। ਅਤੇ ਡੈਡੀ ਨੇ ਕੀ ਕੀਤਾ ਤੁਸੀਂ ਦੱਸ ਦਿਓ? ਡੈਡੀ ਨੇ ਦੂਜੀ ਸ਼ਾਦੀ ਕਰ ਲਈ। ਠੀਕ ਆ, ਉਸ ਤੋਂ ਬਾਅਦ ਤੈਨੂੰ ਰੋਟੀ ਪਾਣੀ ਘਰ ਮਿਲਦਾ ਨਹੀਂ ਸੀਗਾ? ਨਾ ਜੀ। ਨਹੀਂ, ਸੱਚ ਤੂੰ ਨਸ਼ਾ ਕਰਦਾ ਸੀ ਕੋਈ? ਨਾ। ਤੂੰ ਕੀ ਨਸ਼ਾ ਕਰਦਾ ਸੀਗਾ? ਸੱਚ ਦੱਸ ਹੁਣ ਕਿਹੜੀ ਆ? ਬੀੜੀ ਪੀਣਾ। ਦਾਰੂ? ਨਾ। ਨਹੀਂ ਨਹੀਂ, ਸੱਚ ਦੇਖਣਾ ਦੱਸਣਾ। ਦਾਰੂ ਕਦੇ ਵਿਆਹ ਸ਼ਾਦੀ ਹੋ ਗਈ ਫੇਰ ਪੀ ਲਈਦੀ। ਅਤੇ ਇਹ ਵੀਰ ਦੱਸਦਾ ਵੀ ਇਹਨੂੰ ਘਰੇ ਰੋਟੀ ਨਹੀਂ ਸੀ ਮਿਲਦੀ, ਘਰੇ ਸਹੀ ਤਰੀਕੇ ਨਾਲ ਟ੍ਰੀਟ ਨਹੀਂ ਸੀ ਕਰਦੇ। ਇਹ ਨਾਈ ਦਾ ਕੰਮ ਸਿੱਖਿਆ ਹੋਇਆ ਸੀ ਵੀਰ। ਕਿੰਨੇ ਸਾਲ ਕੰਮ ਕੀਤਾ ਤੂੰ ਦੁਕਾਨ 'ਤੇ? 4-5 ਸਾਲ। 4-5 ਸਾਲ ਇਹਨੇ ਕੁੰਦਨ ਹੇਅਰ ਡਰੈਸਰ ਆ ਸੁਨਾਮੀ ਗੇਟ ਸੰਗਰੂਰ ਉੱਥੇ ਕੰਮ ਕਰਦਾ ਰਿਹਾ ਨਾਈ ਦਾ। ਇਹ ਬਾਲ ਕਟਿੰਗ ਦਾ ਕੰਮ ਕਰਦਾ ਸੀ, ਬਹੁਤ ਵਧੀਆ ਕੰਮ ਸਿੱਖਿਆ ਹੋਇਆ ਸੀ। ਇਹ ਦੱਸਦਾ ਮੈਂ ਰੋਜ਼ੀ ਰੋਟੀ ਆਪਦੀ ਕਮਾ ਖਾ ਲੈਂਦਾ ਸੀ। ਪਰ ਅੱਜ ਹਾਲਾਤ ਇਹ ਹੋ ਗਏ ਵੀ 6-7 ਸਾਲਾਂ ਤੋਂ ਇਹ ਵੀਰ ਲੁਧਿਆਣੇ ਸ਼ਹਿਰ 'ਚ ਰਹਿ ਰਿਹਾ, ਇੱਥੇ ਹੀ ਘੁੰਮ ਰਿਹਾ। ਇੱਥੇ ਕੀ ਕਰਿਆ ਇੰਨੇ ਸਾਲਾਂ ਤੋਂ ਤੂੰ ਜਦੋਂ ਦਾ ਬਾਹਰ ਆਇਆ ਪਿੰਡੋਂ? ਖੜਾ ਹੋ ਜਾ ਮਾੜਾ ਜਿਹਾ, ਖੜਾ ਹੋ ਸਕਦਾ? ਉਹ ਖੜਾ ਮਾੜਾ ਜਿਹਾ, ਉਹ ਖੜਾ ਕੋਈ ਗੱਲ, ਉੱਠ ਮੇਰਾ ਵੀਰ। ਹਾਂ, ਦੇਖੋ ਕੱਦ ਕਾਠ ਡੀ ਲੋਲ ਵੀਰ ਦੀ ਕਿਸੇ ਨੌਜਵਾਨ ਨਾਲੋਂ ਸਾਡੇ ਪੰਜਾਬੀ ਵੀਰਾਂ ਨਾਲੋਂ ਕਿਸੇ ਨਾਲੋਂ ਘੱਟ ਨਹੀਂ ਹੈਗਾ ਇਹ। ਪਰ ਇਹਦੇ ਹਾਲਾਤ ਇਸ ਟਾਈਮ ਇਹ ਹੋ ਗਏ ਵੀ ਹਾਲਾਤ ਨਸ਼ੇ ਨਾਲ ਜਾਂ ਕਹਿ ਦਈਏ ਘਰ ਦੇ ਜਿਹੜੇ ਅੱਜ ਕੱਲ੍ਹ ਸਾਡਾ ਸਮਾਜ ਆ ਇਗਨੋਰ ਕਰ ਦਿੰਦਾ ਬੰਦੇ ਨੂੰ ਜਾਂ ਘਰ ਦੇ ਇਗਨੋਰ ਕਰ ਦਿੰਦੇ ਆ, ਉਹਦੇ ਕਰਕੇ ਇਸ ਹਾਲਾਤ 'ਚ ਪਹੁੰਚ ਗਏ ਨੌਜਵਾਨ ਵੀਰ। ਕਿੰਨਾ ਪੜ੍ਹਿਆ ਹੋਇਆ ਤੂੰ? ਮੈਂ ਤਾਂ ਸੀ। ਕਿਹੜੇ ਸਕੂਲ 'ਚ ਪੜ੍ਹਿਆ ਸੀ? ਥਰਡ ਸੈਂਚਰੀ ਪਬਲਿਕ ਸਕੂਲ। ਥਰਡ ਸੈਂਚਰੀ ਪਬਲਿਕ ਸਕੂਲ ਕਿੱਥੇ? ਕਲਾਰ ਖੁਰਦ। ਅਤੇ ਇਹ ਸੰਗਰੂਰ ਡਿਸਟ੍ਰਿਕਟ ਦਾ ਵੀਰ ਆ, ਇਹ ਖੇੜੀ ਪਿੰਡ ਦਾ ਜੀ। ਆਪਦੇ ਪਿੰਡ ਨੂੰ ਵੀ ਖੇੜੀ ਸਾਹਿਬ ਕਹਿੰਦਾ ਜੀ ਵੀਰ, ਇਹ ਖੇੜੀ ਸਾਹਿਬ ਪਿੰਡ ਦਾ ਵੀਰ ਆ ਇਹ। ਅਤੇ ਇਹ ਵੀਰ ਅੱਜ ਲੁਧਿਆਣੇ ਮਾਲ ਰੋਡ 'ਤੇ ਇਸ ਹਾਲਾਤ 'ਚ ਪਿਆ ਵੀ ਇਹਦੇ ਸਿਰ 'ਚ ਕੀੜੇ ਪੈ ਗਏ ਆ ਜੀ। ਅਤੇ ਇਹ ਨੌਜਵਾਨ ਵੀਰ ਸਾਡੇ ਇੱਦਾਂ ਰੁੜ ਰਹੇ ਆ ਜੀ ਸਾਡੇ ਪੰਜਾਬ ਦੇ ਵਿੱਚ। ਅਤੇ ਇਹ ਨਸ਼ਿਆਂ ਦੇ ਕਰਕੇ ਕਹਿ ਲਓ, ਚਾਹੇ ਇਹਨੂੰ ਪਰਿਵਾਰ ਦੀ ਜਿਹੜੀ ਘੱਟ ਅਵੇਅਰਨੈਸ ਜਾਂ ਪਰਿਵਾਰ ਦਾ ਜਿਹੜਾ ਅੱਜ ਕੱਲ੍ਹ ਸਾਡਾ ਰਵੱਈਆ ਸਾਡੇ ਸਮਾਜ ਦਾ ਉਹਦੇ ਕਰਕੇ ਕਹਿ ਲਓ ਜਾਂ ਬੇਰੁਜ਼ਗਾਰੀ ਕਰਕੇ ਕਹਿ ਲਓ, ਕਿਸ ਮਰਜ਼ੀ ਤਰੀਕੇ ਨਾਲ ਲਾ ਲਓ, ਪਰ ਸਾਡਾ ਪੰਜਾਬ ਦਾ ਨੌਜਵਾਨ ਅੱਜ ਇਸ ਹਾਲਾਤ 'ਚ ਪਹੁੰਚ ਗਿਆ ਵੀ ਇਹ ਫੁੱਟਪਾਥ 'ਤੇ ਪਿਆ ਕੀੜੇ ਇਹਨੂੰ ਖਾ ਰਹੇ ਆ। ਇਹ ਕਦੋਂ ਆਪਣਾ ਸਮਾਜ ਬਦਲੂ, ਆਪਾਂ ਕਦੋਂ ਜਾਗਾਂਗੇ, ਕਦੋਂ ਸਾਡੀਆਂ ਸਰਕਾਰਾਂ ਸਾਡੀਆਂ ਸੰਸਥਾਵਾਂ ਵੱਡੀਆਂ ਵੱਡੀਆਂ ਸਾਡੀ ਧਾਰਮਿਕ ਸੰਸਥਾਵਾਂ SGPC ਹੁਣੇ ਅਸੀਂ ਇੱਕ ਇੱਥੇ ਮੰਦਰ ਆ ਜਿੱਥੇ ਤੁਸੀਂ ਮੰਦਰ 'ਚ ਕਿੱਥੇ ਜਾਂਦਾ ਰੋਟੀ ਖਾਣ? ਪੂਰੀ ਮੰਦਰ ਪਰਲੇ ਪਾਸੇ ਗਲੀ ਦੇ ਵਿੱਚ ਹੈ ਨਾ, ਅਸੀਂ ਉੱਥੇ ਗਏ ਇਹਨੂੰ ਲੱਭਦੇ। ਹੁਣ ਜਦੋਂ ਅਸੀਂ ਇੱਥੇ ਆਏ ਸੀ ਤਾਂ ਵੀਰ ਇੱਥੇ ਹੈ ਨਹੀਂ ਸੀ, ਅਸੀਂ ਉੱਥੇ ਪਹੁੰਚੇ, ਉੱਥੇ ਇੱਕ ਪ੍ਰਬੰਧਕ ਮਿਲਿਆ ਸੀ, ਉਹਨੂੰ ਪੁੱਛਿਆ ਵੀ ਵੀਰ ਇੱਥੇ ਇੱਕ ਬੰਦਾ ਆਉਂਦਾ ਵੀ ਮੁੰਡਾ ਜਿਹਦੇ 'ਚ ਸਿਰ 'ਚ ਕੀੜੇ ਪਏ ਆ, ਤੁਸੀਂ ਦੇਖਿਆ ਅੱਜ? ਤਾਂ ਉਹ ਕਹਿੰਦੇ ਜੀ ਅੱਜ ਨਹੀਂ ਆਇਆ ਵੀ, ਅਸੀਂ ਰੋਜ਼ ਦੇਖਦੇ ਹਾਂ ਉਹਨੂੰ। ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਹੋਇਆ ਹੋਇਆ ਉਹਨੂੰ, ਉਹ ਕਹਿੰਦੇ ਜੀ ਉਹਦੇ ਸਿਰ 'ਚ ਕੀੜੇ ਪਏ ਹੋਏ ਆ। ਅਸੀਂ ਕਿਹਾ ਵੀ ਪ੍ਰਸ਼ਾਦਾ ਉਹਨੂੰ ਛਕਾਉਂਦੇ ਹਾਂ ਤੁਸੀਂ ਵੀ, ਉਹਨਾਂ ਨੂੰ ਸਾਰਿਆਂ ਨੂੰ ਹੋਰ ਵੀ ਉੱਥੇ 3-4 ਬੰਦੇ ਬਾਹਰ ਬੈਠੇ ਸੀ, ਉਹ ਕਹਿੰਦੇ ਅਸੀਂ ਬਾਹਰ ਹੀ ਛਕਾ ਦਿੰਦੇ ਪ੍ਰਸ਼ਾਦਾ ਨੂੰ, ਅੰਦਰ ਨਹੀਂ ਵੜਨ ਦਿੰਦੇ ਉਹਨਾਂ ਬੰਦਿਆਂ ਨੂੰ। ਅਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪ੍ਰਬੰਧਕ ਹੋ ਗੁਰੂ ਘਰ ਇਸ ਗੁਰੂ ਘਰ ਦੇ, ਮੰਦਰ ਗੁਰਦੁਆਰਾ ਮਸਜਿਦ ਸਭ ਇੱਕੋ ਹੀ ਆ, ਵੀ ਇੱਥੇ ਇੰਨਾ ਚੜਾਵਾ ਚੜ੍ਹਦਾ ਵੀ ਕੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇੱਕ ਬੰਦੇ ਦੇ ਕੀੜੇ ਪਏ ਹੋਏ ਆ ਨੌਜਵਾਨ ਦੇ,
ਵੀ ਤੁਸੀਂ ਕੋਈ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਹ ਕਹਿੰਦੇ ਜੀ ਕੀ ਕਰੀਏ ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ ਯਾਨੀ ਕਿ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਅਸੀਂ ਕਿਹਾ ਵੀ ਇੰਨਾ ਚੜਾਵਾ ਜਿਹੜਾ ਚੜ੍ਹਦਾ ਗੁਰੂ ਘਰਾਂ ਦੇ ਵਿੱਚ ਸਾਡੇ ਵੀ ਉਹ ਕਿਸ ਕੰਮ ਲਈ ਆ ਰਿਹਾ ਉਹ ਕਾਹਤੋਂ ਟੇਕਦੇ ਆ ਮੱਥਾ ਲੋਕ ਉੱਥੇ ਇਸੇ ਕਰਕੇ ਟੇਕਦੇ ਆ ਨਾ ਜੀ ਆਪਾਂ ਵੀ ਕਿਸੇ ਦੇ ਕੰਮ ਆਵੇ ਦਸਵੰਧ ਆਪਾਂ ਇਸੇ ਚੀਜ਼ ਨੂੰ ਕਹਿੰਦੇ ਆਪਾਂ ਗੁਰੂ ਦੇ ਘਰ ਜਾ ਕੇ ਦੇਖ ਆਉਂਦੇ ਵੀ ਉਹ ਕਿਸੇ ਦੇ ਹੋਰ ਕੰਮ ਆ ਜਾਵੇ ਕੀ ਉਹਨੂੰ ਪੱਥਰਾਂ ਦੇ ਰੂਪ 'ਚ ਵੱਡੇ ਵੱਡੇ ਰੂਪ ਲਿਆ ਬਣਾ ਕੇ ਆਪਾਂ ਗੁਰਦੁਆਰੇ ਮੰਦਰ ਕੀ ਕਰਨਾ ਚਾਹੁੰਦੇ ਆ ਜੀ ਅਸੀਂ ਸਾਡੇ ਪੰਜਾਬ ਦੇ ਵਿੱਚ 12,000 ਪਿੰਡ ਆ ਜੀ ਅੱਜ ਅਸੀਂ ਅੱਗੇ ਵੀ ਕਈ ਵਾਰੀ ਕਹਿੰਦੇ ਰਹਿੰਦੇ ਹਾਂ ਅਤੇ 24,000 ਗੁਰੂ ਘਰ ਆ ਜੀ ਇੱਕ ਪਿੰਡ 'ਚ ਦੋ ਗੁਰੂ ਘਰ ਬਣਿਆ ਸਾਡੇ ਜਾਤਾਂ ਦੇ ਧਰਮਾਂ 'ਚ ਵੰਡੇ ਹੋਏ ਆ ਅਤੇ ਇੱਕ ਗੁਰੂ ਘਰ ਦੇ ਉੱਤੇ 1 ਕਰੋੜ ਦਾ ਪੱਥਰ ਲੱਗਿਆ ਹੋਇਆ 24,000 ਕਰੋੜ ਰੁਪਈਆ ਅਸੀਂ ਰਾਜਸਥਾਨ ਗੌਰਮੈਂਟ ਨੂੰ ਦਿੱਤਾ ਇਸ ਗੱਲ ਦਾ ਕਿ ਪੱਥਰਾਂ ਦਾ ਅਤੇ ਸਾਡੇ ਗੁਰੂ ਘਰ ਦੇ ਵਿੱਚ ਇੰਨੇ ਮਹਿੰਗੇ ਪੱਥਰ ਲਾਉਣ ਨੂੰ ਸਾਡੇ ਗੁਰੂਆਂ ਨੇ ਤਾਂ ਕਿਹਾ ਨਹੀਂ ਸਾਡੇ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖੀ ਇਹ ਗੱਲ ਵੀ ਸਾਡੇ ਗੁਰੂ ਘਰਾਂ ਨੂੰ ਕਰੋੜਾਂ ਰੁਪਏ ਦੇ ਪੱਥਰ ਲਾ ਲਓ ਅਤੇ ਉਹਨਾਂ ਨੂੰ ਇੰਨੇ ਸੋਹਣੇ ਬਣਾ ਲਓ ਉਸ ਤੋਂ ਬਾਅਦ ਇੱਦਾਂ ਦੇ ਲੋੜਵੰਦ ਬੰਦੇ ਨੂੰ ਉੱਥੇ ਅੰਦਰ ਵੜਨ ਨਾ ਦਿਓ ਬਾਹਰ ਹੀ ਬਿਠਾ ਕੇ ਉਹਨੂੰ ਪੰਗਤ ਦੇ ਵਿੱਚ ਉਹਨੂੰ ਲੰਗਰ ਛਕਣ ਦੀ ਆਗਿਆ ਨਹੀਂ ਹੈਗੀ ਬਾਹਰ ਬੈਠ ਕੇ ਛਕੂਗਾ ਸਾਡੇ ਕਿਸੇ ਵੀ ਵੱਡੇ ਗੁਰੂ ਘਰ ਦੇ ਵਿੱਚ ਤੁਸੀਂ ਚਲੇ ਜਾਓ ਬਹੁਤ ਘੱਟ ਬੰਦੇ ਹੈਗੇ ਜਿਨ੍ਹਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਲਿਬੜੇ ਤਿਬੜੇ ਬੰਦਿਆਂ ਨੂੰ ਬਾਹਰ ਹੀ ਰੋਟੀ ਦਿੱਤੀ ਜਾਂਦੀ ਆ ਉਹ ਰੋਟੀ ਹੈ ਜੀ ਉਹ ਪ੍ਰਸ਼ਾਦਾ ਨਹੀਂ ਉਹ ਲੰਗਰ ਨਹੀਂ ਹੈਗਾ ਜਿਹੜਾ ਬਾਹਰ ਦਿੱਤਾ ਜਾਂਦਾ ਸਾਡੇ ਗੁਰੂਆਂ ਨੇ ਤਾਂ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਉਹਨਾਂ ਦੇ ਫਾਦਰ ਸਾਹਿਬ ਮਹਿਤਾ ਕਾਲੂ ਜੀ ਨੇ ਦਿੱਤੇ ਸੀਗੇ ਉਹਨਾਂ ਨੂੰ ਬਿਜ਼ਨਸ ਕਰਨ ਲਈ ਅਤੇ ਉਹਨਾਂ ਨੇ ਉਹ 20 ਰੁਪਏ ਦਾ ਚਲਾਇਆ ਹੋਇਆ ਲੰਗਰ ਅੱਜ ਯਾਨੀ ਕਿ ਕਰੋੜਾਂ ਅਰਬਾਂ ਦਾ ਹੋ ਗਿਆ ਜੀ ਉਹ ਕਿਹੜੇ ਕੋਨੇ 'ਚ ਦੁਨੀਆਂ ਦੇ ਲੰਗਰ ਨੂੰ ਚੱਲਦਾ ਸਾਡੀ ਐਡੀਆਂ ਐਡੀਆਂ ਵੱਡੀਆਂ ਸਾਡੀਆਂ ਯਾਨੀ ਕਿ ਸਿੱਖ ਕੌਮ ਵੱਲੋਂ ਕੀਤੀਆਂ ਜਾਂਦੀਆਂ ਪਹਿਲ ਜਿੱਥੇ ਕੋਈ ਨਹੀਂ ਜਾਂਦਾ ਸੀਰੀਆ ਦੇ ਵਿੱਚ ਜਿੱਥੇ ਸਾਡੀ ਖਾਲਸਾ ਐਡ ਪਹੁੰਚੀ ਹੋਈ ਆ ਜਿੱਥੇ ਜਿੱਥੇ ਵੀ ਤੁਸੀਂ ਦੇਖੋਗੇ ਉੱਥੇ ਲੰਗਰ ਲਾਉਂਦੀ ਹੈ ਸਾਡੇ ਸਿੱਖ ਕੌਮ ਜਾ ਕੇ ਅਤੇ ਸਾਡੇ ਅੱਜ ਇਹ ਹਾਲਾਤ ਹੋ ਗਏ ਸਾਡੇ ਆਪਦੇ ਨੌਜਵਾਨ ਵੀਰ ਉਹਨਾਂ ਦੇ ਸਿਰਾਂ 'ਚ ਕੀੜੇ ਪੈ ਰਹੇ ਆ ਅਤੇ ਉਹਨਾਂ ਨੂੰ ਸਾਡੇ ਧਾਰਮਿਕ ਸਥਾਨ ਵੜਨ ਵੀ ਨਹੀਂ ਦਿੰਦੇ ਅੰਦਰ ਉਹਨਾਂ ਦਾ ਕੋਈ ਇਲਾਜ ਲਈ ਕੋਈ ਪ੍ਰਬੰਧ ਨਹੀਂ ਸਾਡਾ ਜਿਹੜਾ ਦਸਵੰਧ ਆ ਉਹ ਸਭ ਤੋਂ ਵੱਡਾ ਦਸਵੰਧ ਦਾ ਇੱਕ ਹਿੱਸਾ ਗੁਰੂ ਘਰਾਂ ਦੇ ਵਿੱਚ ਆਉਂਦਾ ਅਤੇ ਅਸੀਂ ਸਭ ਤੋਂ ਪਹਿਲਾਂ ਬੇਨਤੀ ਸਾਡੇ ਆਪਦੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਪਿੰਡ ਲੈਵਲ 'ਤੇ ਕਰਦੇ ਜਿਹੜਾ ਪਿੰਡ ਦਾ ਸਾਡੇ ਦਾ ਗੁਰੂ ਘਰ ਦਾ ਪ੍ਰਧਾਨ ਆ ਜਾਂ ਸੈਕਟਰੀ ਆ ਜਾਂ ਖਜ਼ਾਨਚੀ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਵੀ ਉਹ ਇੱਕ ਫੈਸਲਾ ਲੈਣ ਵੀ ਜਿਹੜਾ ਗੁਰੂ ਘਰ ਦੇ ਵਿੱਚ ਹਰੇਕ ਮਹੀਨੇ 50,000 40,000 60,000 ਇੱਕ ਇਨਕਮ ਹੁੰਦੀ ਆ ਉਹਨੂੰ ਕਿੱਥੇ ਲਾਉਣਾ ਉਹਨੂੰ ਇੱਦਾਂ ਦੇ ਬੰਦਿਆਂ ਦੇ ਸਿਰ 'ਤੇ ਲਾਉਣਾ ਜਿਨ੍ਹਾਂ ਦੇ ਸਿਰ ਚੋਈ ਜਾ ਰਿਹਾ ਜੀ ਕੀੜੇ ਪੈ ਗਏ ਆ ਜੀ ਤੁਸੀਂ ਦੇਖੋ ਵੀਰ ਕਿੰਨੇ ਦਿਨਾਂ ਤੋਂ ਇੱਥੇ ਬੈਠਾ ਕੀੜੇ ਪੈ ਗਏ ਸਿਰ 'ਚ ਅਤੇ ਆਹ ਹਾਲਾਤ ਦੇ ਵਿੱਚ ਨੌਜਵਾਨ ਪਹੁੰਚ ਗਿਆ ਝੁੱਗੀ ਪਾ ਕੇ ਇੱਥੇ ਬੈਠਾ ਇੱਥੇ ਕੋਲੇ ਕੁੱਤੇ ਪੈਂਦੇ ਆ ਅਤੇ ਇੱਥੇ ਇਹ ਪੈਂਦਾ ਵੀਰ ਅਤੇ ਯਾਨੀ ਕਿ ਇਨਸਾਨ ਅਤੇ ਕੁੱਤੇ ਦੇ ਵਿੱਚ ਫਰਕ ਹੈ ਜਿਹੜਾ ਖਤਮ ਹੋ ਗਿਆ ਜੀ ਇਸ ਕਰਕੇ ਸਾਡੀ ਬੇਨਤੀ ਆ ਆਪਾਂ ਜਾਗੀਏ ਇਹਨਾਂ ਵੀਰਾਂ ਵਾਂਗ 'ਚ ਇਹ ਵੀਰ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਡੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਹਿਲ ਦੇ ਆਧਾਰ 'ਤੇ ਦੱਸਿਆ ਅਤੇ ਸਹੀ ਥਾਂ 'ਤੇ ਸਾਨੂੰ ਮਦਦ ਲਈ ਇੱਥੇ ਬੁਲਾਇਆ ਅਤੇ ਅਸੀਂ ਇਸ ਵੀਰ ਦੀ ਮਦਦ ਕਰਾਂਗੇ ਜੋ ਇਹਦਾ ਵੀਰ ਦਾ ਬਣਦਾ ਇਲਾਜ ਆ ਬਿਕਰਮਜੀਤ ਸਿੰਘ ਦਾ ਉਹ ਕਰਵਾਵਾਂਗੇ ਅਤੇ ਵਾਹਿਗੁਰੂ ਕਰਵਾਉਣਗੇ ਅਸਲ 'ਚ ਤਾਂ ਅਕਾਲ ਪੁਰਖ ਨੇ ਕਰਵਾਉਣਾ ਸੱਚੇ ਪਾਤਸ਼ਾਹ ਨੇ ਸਾਡੀ ਤਾਂ ਔਕਾਤ ਹੀ ਨਹੀਂ ਕੋਈ ਵੀ ਅਸੀਂ ਕਿਸੇ ਤੋਂ ਪ੍ਰਸ਼ਾਦਾ ਵੀ ਛਕਾ ਸਕੀਏ ਸਭ ਉਹ ਕਰਵਾਉਂਦੇ ਆ ਅਤੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲਣ ਦੀ ਅਤੇ ਸਾਡਾ ਨੰਬਰ 97-803-0-71 ਆ ਜੀ ਅਤੇ 82-848 ਅਤੇ 0000-71 ਆ ਜੀ ਇਹਨਾਂ ਦੋਨਾਂ ਨੰਬਰਾਂ 'ਤੇ ਸੰਪਰਕ ਕਰਕੇ ਕਿਸੇ ਨੇ ਵੀ ਇਸ ਵੀਰ ਬਾਰੇ ਜਾਣਕਾਰੀ ਲੈਣੀ ਆ ਵਿਕਰਮ ਉੱਧਰ ਝਾਕ ਸਿੱਧਾ ਜੇ ਕੋਈ ਇਹਨੂੰ ਪਹਿਚਾਣਦਾ ਵੀਰ ਖੇੜੀ ਸਾਹਿਬ ਪਿੰਡ ਦਾ ਜਾਂ ਇਹਦਾ ਰਿਸ਼ਤੇਦਾਰ ਕੋਈ ਮਾਮਾ ਚਾਚਾ ਤਾਇਆ ਤਾਂ ਪਲੀਜ਼ ਇਹਨਾਂ ਦੋਨਾਂ ਨੰਬਰਾਂ 'ਤੇ ਸੰਪਰਕ ਕਰੋ ਸਾਡੇ ਨਾਲ ਅਤੇ ਜਾਣਕਾਰੀ ਸਾਨੂੰ ਦਿਓ ਜਾਂ ਲਓ ਆਪਾਂ ਇਹਦੇ ਵੀਰ ਨੂੰ ਇਹਦੀ ਬਣਦੀ ਜ਼ਿੰਦਗੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੀਏ ਹੁਣ ਆਪਾਂ ਯਾਰ ਅਸੀਂ ਉਹ ਰੱਖ ਲਾ ਥੋੜਾ ਜਿਹਾ ਕੰਮ ਜਿਹਾ ਸੀ ਉੱਥੇ ਤੋਂ ਫਿਰ ਆ ਕੇ ਅੱਗੇ 2-4 ਮਿੰਟ ਚੱਲ ਪਏ ਆ ਗਏ ਉਹਨਾਂ ਵਿੱਚ ਆ ਗਏ ਚੰਡੀ ਨੂਣ ਆ ਗਏ ਜਾ ਹਾਂ ਖੜਾ ਆ ਹਾਲਾਤ ਆ ਜੀ ਸਾਡੇ ਪੰਜਾਬ ਦੇ ਕਾਨੂੰਨ ਦੀ ਬੋਤਲ ਭਰੀ ਹੋਈ ਹੈ ਅਤੇ ਇੱਕ ਸੁੱਕੇ ਫੁਲਕੇ ਕਈ ਵਾਰ ਜਦੋਂ ਪ੍ਰਸ਼ਾਦਾ ਨਹੀਂ ਮਿਲਦਾ ਜਾਂ ਇੱਥੇ ਵੀਰ ਪਿਆ ਰੋਟੀ ਦਾ ਪ੍ਰਬੰਧ ਕਰਾਂਗੇ ਇਹ ਸਾਡਾ ਪੰਜਾਬ ਆ ਜੀ ਉਹ ਪੰਜਾਬ ਜਿਹਨੂੰ ਤੁਸੀਂ ਬਹੁਤ ਘੈਂਟ ਕਹਿੰਦੇ ਹੋ